ਕੀ ਬਤਾਉ ਬਾਰ ਚੱਲਦਾ ਪਏ ਠੀਕ ਹੈ ਕੀ ਹਿਸਾਬ ਕਿਤਾਬ ਸੇਲ ਦਾ ਕੋਈ ਪ੍ਰੋਫਿਟ ਹੈ ਜਾਂ ਇਵੇਂ ਗੁਜ਼ਾਰਾ ਕਰਨ ਦਾ ਗੁਜ਼ਾਰਾ ਚੱਲਦਾ ਹੈ ਅੱਛਾ ਤੁਹਾਡੇ ਪਹਿਲੇ ਵੀ ਪੈਸੇ ਨਹੀਂ ਪਹੁੰਚੇ ਸਾਡੇ ਕੋਲ ਕਿਹ ਮਾਲ ਕਿੱਡੇ ਨਾਲ ਵਿਕਦਾ ਜਾਂ ਕਿਹ ਘਰ ਹੁੰਦਾ ਅੱਛਾ ਸਟਾਕ ਠੀਕ ਹੈ ਬਿਆ ਠੀਕ ਹੈ ਸ਼ੁਕਰ ਅਮਨ ਸਕੂਨ ਹੈ ਦੁਕਾਨਦਾਰੀ ਕਲੋਜ਼ ਹੈ ਜੀ ਕਲੋਜ਼ਿੰਗ ਦਾ ਮਹੀਨਾ ਵਾਲੀ ਹੈ ਵਾਸਤੇ ਪਰੇਸ਼ਾਨ ਸੀ ਬਾਹਰ ਹੋਣ ਲੱਗਾ ਖੜੇ ਚਲੋ ਅੱਲਾ ਖੈਰ ਕਰੇ ਸੀ ਜੀ ਸਿਰ ਪੱਕੀ ਖੜੀ ਹੈ ਸਾਰੀ ਸਿਰ ਪੱਕੀ ਕਿਹੜੀ ਕਿਹੜੀ ਹੈ ਕਿ ਅਵਾਲੇ ਤੇ ਰੱਤੀ ਹੈ ਅੱਛਾ ਬਿਆ ਠੀਕ ਹੈ ਬਾਲ ਬੱਚੇ ਠੀਕ ਹੈ ਅੱਲਾ ਖੁਸ਼ ਰੱਖੇ ਕੁਝ ਮਿਹਰਬਾਨੀ ਤੇ ਸਾਥ ਕੋਈ ਖਵਾਓ ਪੈਸਾ ਅਸਲ ਪਰੇਸ਼ਾਨ ਹੋ ਗਿਆ ਸਿੱਲਾ ਵਿਕਦੇ ਨਾਲ ਦੇਣਾ ਪੈਸਾ ਲਾ ਲਾ ਤੇ ਸਾ ਥੱਕ ਗਏ ਪਰ ਤੁਸਾਂ ਨਹੀਂ ਦਿੱਤੇ ਸਾਥ ਕੋਈ ਸਭ ਨਾਲ ਚੰਗਾ ਹੀ ਕਰੋ ਕੋਈ ਬਾਗ ਪਕੜੋ ਕੋਈ ਕੋ ਕੱਢੋ ਮਾਲ ਪੁਰਾਣਾ ਵਰ ਨਵਾਂ ਚਲੋ ਇੱਕਾ ਕਾਂ ਚ ਹੈ ਆਪਣੇ ਸੀ ਦੇਖੋ ਕਿਹਦੇ ਦੇ ਵਾਲੇਕੁਮ ਵਾਲੇਕੁਮ ਸਲਾਮ ਹਾਂ ਕੀ ਹਾਲ ਹੈ ਕੀ ਹਾਲ ਹੈ ਸਹੀ ਠੀਕ ਹੈ ਸੇ ਠੀਕ ਹੈ ਠੀਕ ਹੈ ਲਾ ਸ਼ੁਕਰ ਬੇਟੇ ਸੇਠ ਖੜੇ ਜੀ ਸੇਠ ਖੜੇ ਹੁਕਮ ਦੋ ਹੋ ਹੋ ਗੱਲ ਕਰੋ ਜੱਜਲੋ ਸੇਠ ਸੇਠ ਦਾ ਗੱਲ ਕਰੋ ਯਾਰ ਸੇਠ ਦਾ ਗੱਲ ਕਰੋ ਤੂੰ ਕਿ ਸੇਠ ਯਾ ਵੀ ਹਾਲ ਹੈ ਕੀ ਹਾਲ ਹੈ ਰੇਟ ਤਾਂ ਪਤਾ ਹੀ ਵੇ ਲਾਲਾ ਕੀ ਕਿਵੇਂ ਸੇਠ ਦੇ ਨਪੇ ਭਜਨ ਮੇਰਾ ਨਾ ਗੱਲ ਕਿਵੇਂ ਆ ਗਿਆ ਤੂੰ ਪਤਾ ਹੈ खर्चा पेगा सौ वाली ना को सात हजार यार मेहरबानी मुंशी साहब पूछा ही हुआ को सेठ साहब मौके पे खड़े कर रहे हैं तो मैं सेठ से 8000 सेल गिनी तू सही करो साको 7500 में ध्यान दो लाला तू थप्पी दे दो 5000 रुपया बेवा केरे सेल लडे सो भाई जी में सेल लडी सी पहले पैसे दे सो वाला कंट्राली वैसे के साढ़े पैसे लाला की तो ये बकाया थे को पैसे से तो बकाया के दी चार बंदे क्या है
Yeah.